ਪਟਿਆਲਾ ਰਾਜਪੁਰਾ ਰੋਡ ਤੇ ਸਥਿਤ ਹੀਰਾ ਬਾਗ ਮੋੜ ਤੇ ਰਸਤੇ ਨੂੰ ਪੁਲਿਸ ਵੱਲੋਂ ਬੈਰੀਗੇਡ ਲਗਾ ਕੇ ਬੰਦ ਕਰਨ ਦੇ ਵਿਰੋਧ ਵਿੱਚ ਸਥਾਨਕ ਦੁਕਾਨਦਾਰਾਂ ਨੇ ਮੋਰਚਾ ਖੋਲ ਦਿੱਤਾ ਹੈ। ਇਹਨਾਂ ਦੁਕਾਨਦਾਰਾਂ ਨੇ ਅੱਜ ਚੰਡੀਗੜ੍ਹ ਬਠਿੰਡਾ ਰੋਡ ਨੂੰ ਕਈ ਘੰਟਿਆਂ ਤੱਕ ਬੰਦ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਜਾਣ ਬੁੱਝ ਕੇ ਉਹਨਾਂ ਖਿਲਾਫ ਮੁਸ਼ਕਲਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਵੀ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਨਾਲ ਉਹਨਾਂ ਦਾ ਕੰਮਕਾਰ ਪ੍ਰਭਾਵਿਤ ਹੋ ਰਿਹਾ ਹੈ। ਧਰਨਾਕਾਰੀਆਂ ਵੱਲੋਂ ਲਾਏ ਇਸ ਜਾਮ ਕਾਰਨ ਟ੍ਰੈਫਿਕ ਵਿੱਚ ਵਿਘਨ ਪਿਆ ਰਿਹਾ ਅਤੇ ਰਾਹਗੀਰਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਰੇ ਜਦ ਗੱਡੀ ਦਾ ਕੋਈ ਐਕਸੀਡੈਂਟ ਹੁੰਦਾ ਕੋਈ ਪੁਲਿਸ ਵਾਲਾ ਨਹੀਂ ਆਉਂਦਾ, ਮਾਰਕੀਟ ਦੇ ਹੀ ਬੰਦੇ ਚੱਕ ਕੇ ਹਸਪੀਟਲ ਛੱਡ ਕੇ ਆਉਂਦੇ ਨੇ। ਕਦੀ ਇਹਨਾਂ ਨੇ ਪੁੱਛਿਆ ਮਾਰਕੀਟ ਤੋਂ ਇਹ ਹਾਲਤ ਕੀ ਤਕਲੀਫ ਹੈ? ਕਦੀ ਕੋਈ ਕਿਸੇ ਨੇ ਨਹੀਂ ਆਇਆ ਇੱਥੇ ਕਦੇ ਕਹਿੰਦੇ ਸ਼ਾਸਨ ਦੇ ਬੰਦ ਉਰੇ ਬੰਦ ਨਹੀਂ ਹੋਣਾ ਚਾਹੀਦਾ, ਅਮਨ ਚੈਨ ਨਾਲ ਕਿਹਨਾਂ ਹਾਵੀ ਆਵਾਜਾਈ ਹੋਣੀ ਚਾਹੀਦੀ ਹੈ। ਦੋ ਪੁਲਿਸਿਆਂ ਦੀ ਇੱਕ ਬੰਦਾ ਰੇੜੀ ਵਾਲਾ ਮਜ਼ਦੂਰ ਇੱਕ ਗੱਲ ਸਮਾਂ ਮਾਲ ਲੈ ਕੇ ਜਾਂਦਾ, ਇਹ ਕਹਿੰਦੇ ਨੇ ਬੱਤੀਆਂ ਤੋਂ ਅੱਗੇ ਦੀ ਜਾ ਕੇ ਕਹਿੰਦਾ ਹਾਵੀ ਕ੍ਰੋਸ ਕਰੋ, ਚੜ੍ਹਾਈ ਕਿਹੜਾ ਚੜੂਗਾ? ਲੇਬਰ ਵਾਲਿਆਂ ਨੇ ਲੇਬਰਾਂ ਛੱਡ ਕੇ ਭੱਜ ਜਾਣੀ ਹੈ, ਸਾਨੂੰ ਕੀ ਲੋੜ ਆ ਕੰਮ